ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ। ਤਾਂ ਦੋਸਤੋ, ਮੈਂ ਇੱਕ ਦੋ ਦਿਨ ਪਹਿਲਾਂ ਪੋਸਟ ਕੀਤੀ ਸੀਗੀ ਕਿ ਤੁਹਾਨੂੰ ਕੋਟਲੇ ਵਾਲੇ ਪੀਰ ਦਾ ਕਲਮਾ ਦੇਵਾਂਗੇ। ਤਾਂ ਦੋਸਤੋ, ਅੱਜ ਤੁਹਾਨੂੰ ਕੋਟਲੇ ਵਾਲੀ ਸਰਕਾਰ ਜੀ ਦਾ ਕਲਮਾ ਲੈ ਕੇ ਹਾਜ਼ਰ ਹੋਇਆਂ। ਅਤੇ ਇਹ ਕਲਮਾ ਬਹੁਤ ਹੀ ਪਾਵਰਫੁੱਲ ਕਲਮਾ ਹੈ ਦੋਸਤੋ। ਕਲਮੇ ਨੂੰ ਬਹੁਤ ਧਿਆਨ ਦੇ ਨਾਲ ਪੜ੍ਹਨਾ, ਧਿਆਨ ਦੇ ਨਾਲ ਸੁਣਨਾ, ਸੱਚੀ ਮਨ ਦੇ ਨਾਲ, ਸੱਚੀ ਸ਼ਰਧਾ ਦੇ ਨਾਲ ਇਸ ਕਲਮੇ ਨੂੰ ਜ਼ਰੂਰ ਪੜ੍ਹ ਲੈਣਾ, ਤਾਂ ਕਿ ਕਲਮਾ ਤੁਹਾਡਾ ਸਹੀ ਕੰਮ ਕਰ ਸਕੇ। ਜਦੋਂ ਆਪਾਂ ਗਲਤੀਆਂ ਕਰ ਲੈਂਦੇ ਹਾਂ ਕਲਮੇ ਦੇ ਵਿੱਚ, ਫਿਰ ਅਸੀਂ ਕਹਿੰਦੇ ਕਿ ਸਾਡਾ ਕਲਮਾ ਨਹੀਂ ਸਹੀ ਪੜ੍ਹ ਹੋਇਆ ਜਾਂ ਸਾਨੂੰ ਪੀਰ ਹਾਜ਼ਰ ਨਹੀਂ ਹੋਏ ਨਾ, ਫਿਰ ਉਹ ਦਿੱਕਤ ਪਰੇਸ਼ਾਨੀ ਸਾਨੂੰ ਹੁੰਦੀ ਆ, ਉਹਦੇ ਵਿੱਚ ਸਾਡੀਆਂ ਗਲਤੀਆਂ ਹੁੰਦੀਆਂ ਆ। ਪਰ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀਆਂ ਉਹ ਗਲਤੀਆਂ, ਤੁਸੀਂ ਕੋਈ ਗਲਤੀ ਇੱਦਾਂ ਦੀ ਨਾ ਕਰੋ, ਉਹ ਸਾਰੀ ਵਿਧੀ ਦੇ ਵਿੱਚ ਸਮਝਾਵਾਂਗਾ ਤੁਹਾਨੂੰ। ਅਤੇ ਉਸ ਤੋਂ ਪਹਿਲਾਂ ਜਿਹੜੇ ਵੀ ਸਾਡੇ ਵੀਰ ਨਵੇਂ ਚੈਨਲ 'ਤੇ ਜੁੜੇ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਹੋ ਸਕੇ। ਹੁਣ ਗੱਲ ਕਰਦੇ ਹਾਂ ਜੀ ਕਲਮੇ ਦੀ। ਦੇਖੋ ਜੀ, ਸਰਕਾਰਾਂ ਦਾ ਕਲਮਾ ਬਹੁਤ ਸ਼ਕਤੀਸ਼ਾਲੀ ਕਲਮਾ ਆ। ਪੀਰ ਕੋਟਲੇ ਵਾਲੀ ਸਰਕਾਰ ਬਹੁਤ ਹੀ ਸ਼ਕਤੀਸ਼ਾਲੀ ਪੀਰ ਹੋਏ ਨੇ, ਉਹ ਬਹੁਤ ਵੱਡੀ ਹਸਤੀ ਦੇ ਵਿੱਚ ਗਿਣੇ ਜਾਂਦੇ ਨੇ। ਉਹਨਾਂ ਦਾ ਨਾਂ ਲੈਣ ਦੇ ਨਾਲ ਹੀ ਇਲ ਬਲਾਵਾਂ ਪਹਿਲਾਂ ਹੀ ਦੂਰ ਹੋ ਜਾਂਦੀਆਂ ਆ, ਕਿਉਂ ਕਰਕੇ ਕੋਟਲੇ ਵਾਲੇ ਪੀਰ ਬਹੁਤ ਹੀ ਸ਼ਕਤੀਸ਼ਾਲੀ ਪੀਰ ਨੇ। ਜਿੰਨ ਵੀ ਇਹਨਾਂ ਦੇ ਨਾਲ ਚੱਲਦੇ ਨੇ, ਜਿਹੜੇ ਨੂਰੀ ਜਿੰਨ ਨੇ, ਇਹਨਾਂ ਦੀ ਖਿਦਮਤ ਦੇ ਵਿੱਚ ਰਹਿੰਦੇ ਨੇ। ਅਤੇ ਜਿਹੜਾ ਬੰਦਾ ਇਹਨਾਂ ਦੀ ਸੇਵਾ ਕਰਦਾ ਹੋਵੇ ਜਾਂ ਇਹਨਾਂ ਦੀ ਭਗਤੀ ਕਰਦਾ ਹੋਵੇ, ਕੋਈ ਜਿੰਨ ਭੂਤ ਉਹਦਾ ਕੁਛ ਵਿਗਾੜ ਨਹੀਂ ਸਕਦਾ। ਮਾਤਾ ਮਸਾਣੀ ਵੀ ਨਾਲ ਚੱਲਦੀ ਹੈ ਇਹਨਾਂ ਦੇ, ਅਤੇ ਮਾਤਾ ਮਸਾਣੀ ਨਾਲ ਜਦੋਂ ਚੱਲਦੀ ਆ ਤਾਂ ਵੈਸੇ ਹੀ ਨਹੀਂ ਬੁਰੀਆਂ ਬਲਾਵਾਂ ਬੰਦੇ ਦੇ ਕੋਲ ਰਹਿੰਦੀਆਂ। ਅਤੇ ਪੀਰ ਦਾ ਕਲਮਾ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਹੈ। ਜਿਸ ਤਰੀਕੇ ਨਾਲ ਦੱਸਿਆ ਜਾਏਗਾ, ਤੁਸੀਂ ਉਸ ਤਰੀਕੇ ਦੇ ਨਾਲ ਹੀ ਪੜ੍ਹ ਕੇ ਆਪਣੇ ਜਿਹੜੇ ਕਰਮ ਆ ਉਹਨੂੰ ਸੁਧਾਰ ਲੈਣਾ, ਬਾਕੀ ਤੁਹਾਡੇ ਉੱਤੇ ਆ, ਤੁਹਾਡੇ ਕਰਮਾਂ ਦੇ ਉੱਤੇ ਆ। ਅਤੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਕਲਮੇ ਦੀ। ਤੁਸੀਂ ਪਹਿਲਾਂ ਤਾਂ ਕਾਪੀ ਪੈਨ ਲੈ ਕੇ ਕਲਮਾ ਨੋਟ ਕਰ ਲਓ, ਕਲਮਾ ਕੀ ਹੈ, ਕਲਮੇ ਦੇ ਸ਼ਬਦ ਬੋਲ ਕੀ ਨੇ ਉਹ ਸੁਣ ਲਓ ਪਹਿਲਾਂ। ਬਿਸਮਿਲ੍ਲਾਹਿਰਰਹਿਮਾਨੇ ਨਿਰਰਹੀਮ, ਹੈਦਰ ਸ਼ੇਖ ਪੀਰ, ਪੀਰਾਂ ਦੇ ਪੀਰ, ਤੋੜੋ ਬੰਧਨ ਕੀ ਜੰਜੀਰ, ਮਾਤਾ ਮਸਾਣੀ ਨਾਲ ਚੱਲੇ ਚੱਲੇ ਭੈਰੋ ਵੀਰ, ਚੜ੍ਹ ਘੋੜੇ 'ਤੇ ਗੱਜਿਆ ਰਾਣਾ ਹੈਦਰ ਸ਼ੇਖ ਵੀਰ, ਬੰਨ ਲਿਆ ਏ ਸਭ ਭੂਤ ਪ੍ਰੇਤ ਜਿੰਨ ਅਤੇ ਖਬੀਜ਼, ਆ ਜਾ ਕੋਟਲੇ ਵਾਲੇ ਪੀਰ, ਅੱਲਾ ਪਾਕ ਦੇ ਅਜ਼ੀਜ਼, ਲਾ ਇਲਾਹਾ ਇਲੱਲਾ ਮੁਹੰਮਦ ਪਾਕ ਰਸੂਲ ਅੱਲਾ। ਇਸੀ ਕਲਮਾ, ਇਸੀ ਕਲਮੇ ਦੇ ਸ਼ਬਦ ਬੋਲ ਦੁਬਾਰਾ ਮੈਂ ਫਿਰ ਤੋਂ ਇੱਕ ਵਾਰ ਬੋਲ ਦਿੰਦਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਬਿਸਮਿਲ੍ਲਾਹਿਰਰਹਿਮਾਨੇ ਨਿਰਰਹੀਮ, ਹੈਦਰ ਸ਼ੇਖ ਪੀਰ, ਪੀਰਾਂ ਦੇ ਪੀਰ, ਤੋੜੇ ਬੰਧਨ ਕੀ ਜੰਜੀਰ, ਮਾਤਾ ਮਸਾਣੀ ਨਾਲ ਚੱਲੇ ਨਾਲ ਚੱਲੇ ਭੈਰੋ ਵੀਰ, ਚੜ੍ਹ ਘੋੜੇ 'ਤੇ ਗੱਜਿਆ ਰਾਣਾ ਹੈਦਰ ਸ਼ੇਖ ਪੀਰ, ਬੰਨ ਲਿਆਵੇ ਸਭ ਭੂਤ ਪ੍ਰੇਤ ਜਿੰਨ ਅਤੇ ਖਬੀਜ਼, ਆ ਜਾ ਕੋਟਲੇ ਵਾਲੇ ਪੀਰ, ਅੱਲਾ ਪਾਕ ਦੇ ਅਜ਼ੀਜ਼, ਲਾ ਇਲਾਹਾ ਇਲੱਲਾ ਮੁਹੰਮਦ ਪਾਕ ਰਸੂਲ ਅੱਲਾ। ਤਾਂ ਦੋਸਤੋ, ਇਹ ਸੀ ਕੋਟਲੇ ਵਾਲੀ ਸਰਕਾਰ ਦਾ ਕਲਮਾ। ਕਲਮਾ ਬਹੁਤ ਹੀ ਪਿਆਰਾ ਕਲਮਾ ਹੈ, ਬਹੁਤ ਹੀ ਸ਼ਕਤੀਸ਼ਾਲੀ ਕਲਮਾ ਹੈ। ਕਲਮੇ ਦੇ ਵਿੱਚ ਬਹੁਤ ਤਾਕਤਾਂ ਨੇ, ਜਦੋਂ ਤੁਸੀਂ ਪੜ੍ਹਨ ਲੱਗ ਪੋਗੇ ਥੋੜ੍ਹੇ ਦਿਨਾਂ 'ਚ ਤੁਹਾਨੂੰ ਉਹਨਾਂ ਤਾਕਤਾਂ ਦਾ ਪਤਾ ਚੱਲਦਾ ਜਾਵੇਗਾ। ਕਿਉਂ ਕਰਕੇ ਸਰਕਾਰਾਂ ਦੀ ਜਿਹੜੀ ਕਲਮੇ ਦੀ ਤਾਕਤ ਹੁੰਦੀ ਨਾ, ਉਹ ਕਲਮਾ ਪੜ੍ਹਨ ਤੋਂ ਬਾਅਦ ਜਦੋਂ ਅਸੀਂ ਪੜ੍ਹਦੇ ਹਾਂ, ਫਿਰ ਉਹਦੀ ਜਿਹੜੀ ਸ਼ਕਤੀ ਹੈ ਜਦੋਂ ਜਾਗ੍ਰਿਤ ਹੁੰਦੀ ਹੈ ਨਾ ਫੀਰਾਂ ਦੀ, ਫਕਰਾਂ ਦੀ, ਉਹਦੇ ਨਾਲ ਸਾਡੇ ਅੰਦਰੋਂ ਜਿਹੜੀ ਸਾਡੀ ਧੁਨ ਵੱਜਦੀ ਆ ਬਾਬਾ ਜੀ ਦੀ, ਜਿਹੜੀ ਅਸੀਂ ਭਗਤੀ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਆ, ਤਾਂ ਉਦੋਂ ਸਰਕਾਰਾਂ ਬਹੁਤ ਹੀ ਨਿਮਰਤਾ ਦੇ ਨਾਲ ਸਾਡੀ ਸੇਵਾ ਦੇਖ ਕੇ ਸਾਡੇ 'ਤੇ ਹਾਜ਼ਰ ਨਾਜ਼ਰ ਹੁੰਦੀਆਂ ਆ। ਭੈਣਾਂ ਅਤੇ ਭਰਾਵੋ, ਇਸ ਚੀਜ਼ ਨੂੰ ਧਿਆਨ ਨਾਲ ਸੁਣ ਲਿਓ ਅਤੇ ਕਰ ਲਈਓ, ਬਾਕੀ ਤੁਹਾਡੇ 'ਤੇ ਆ ਡਿਪੈਂਡ। ਹੁਣ ਤੁਸੀਂ ਇਹਦੀ ਵਿਧੀ ਸੁਣ ਲਓ। ਤੁਸੀਂ ਪਹਿਲਾਂ ਤਾਂ ਪਾਕ ਸਾਫ ਹੋ ਕੇ ਨਹਾ ਧੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਸਿਰ ਦੇ ਉੱਤੇ ਸਿਰ ਟੱਕ ਕੇ ਇਸ ਕਲਮੇ ਨੂੰ ਕਰਨਾ ਹੈ। 41 ਦਿਨ ਲਗਾਤਾਰ ਇਸ ਕਲਮੇ ਦਾ ਤੁਸੀਂ ਵਿਰਧ ਕਰਨਾ ਹੈ, ਔਰ ਰੋਜ਼ ਦੀ ਇੱਕ ਮਾਲਾ ਤੁਸੀਂ ਕਰ ਲੈਣੀ ਹੈ। ਮਾਲਾ ਤੁਸੀਂ 101 ਮਣਕਿਆਂ ਦੀ ਹੋਵੇ ਜਾਂ 101 8 ਦੀ ਹੋਵੇ ਤਾਂ ਕੋਈ ਦਿੱਕਤ ਨਹੀਂ, ਪਰ ਮਾਲਾ ਇੱਕ ਹੀ ਕਰਨੀ ਹੈ। ਜਿਹੜੀ ਵੀ ਤੁਹਾਡੇ ਤੋਂ ਮਾਲਾ ਹੋਵੇ, ਮਾਲਾ ਰੁਦਰਾਕਸ਼ ਦੀ ਜਾਂ ਕੋਈ ਇਸ ਤਰ੍ਹਾਂ ਦੀ ਮਾਲਾ ਦੇ ਉੱਤੇ ਜਾਪ ਨਹੀਂ ਕਰਨਾ,
हकीक की माला होनी चाहिए, चिट्टे मोतियां की, चिट्टे हकीक की माला होनी चाहिए आ। और चिट्टे हकीक की जे थोड़े तो नहीं तो सुचे मोतियां की माला मिल जाती आ, तो उत्ते कर सकते हो तुसीं। क्यों पहलां जिहड़े फकर सी उह सुचे मोती उत्ते ही पढ़ते हुंदे सी पुराने बजुर्ग, तो सुचे मोतियां की माला भी बहुत शुद्ध मनी जाती है, उत्ते भी कर सकते हो, कोई दिक्कत नहीं। तुसीं की करना, जिदन पंज वीरवार तुसीं बाबा जी नूं इहदे विच न्याज जिहड़ी आ देणी आ, थोड़े जिहे फुल्लियां पतासे जरूर लै लैणे आ। जां ओह हर कलमे च मैं तुहानूं दस्सदा कि फुल्लियां पतासे लैणे जरूरी हुंदे आ, क्यों करके साडी कोई भी भुल चुक होवे पीर माफ़ कर दिंदे ने। थोड़े जिहे तुसीं गुलाब दे फुल लै लैणे आ, ते पंज अगरबत्तियां जला लैणियां, ते न्याज सामणे रख के तुसीं कलमा पढ़ना आ। वीरवार वाले दिन उहनां अगे फरियाद करनी कि दाता जी न्याज कबूल करो, थोड़े कलमे नूं पढ़ के पढ़ रहे हैं, वो थोड़ा भोग प्रसाद दे रहे हैं, ये मैनू समत बख्शो, बल बख्शो, बुद्धि बख्शो, कृपा करो, अपने अंग संग सहाई होवो, बिगड़े काम बनाओ, तो ये सरकार थोड़ा वो जड़ी न्याज है थोड़ी कबूल कर लेंगे। तो तुसी पांच वीरवार इसी तरह न्याज दे के न्याज वंड देनी है। फिर तुसी आखिरी जड़े आखिरी वीरवार होएगा ना थोड़ा, उदन तुसी जाके कोटले वाली सरकार के नाँ की एक चादर जरूर दे देनी है। कोटले वाली सरकार की एक चादर किसी भी पीरखाने ते दे देनी है, दरबार से चढ़ा के उन्हों का नाँ लैके उन्हों का बाबा जी थोड़ा थोड़ी जी चादर है वो चढ़ा रहे हैं कि थोड़े कलमे के सानू बल बुद्धि मिली आ, ताकत मिली आ, इस करके असं थोड़ी चादर चढ़ा रहे हैं। तो चादर उन्होंने चढ़ा देनी है फकरां, तो चादर चढ़ा के फिर तुम देखना कि किहो जे थोड़े ते रंग चढ़ते हैं जदों फकरां की ताकत थोड़े नाल चलनी आ। कई बार इदा हुंदा कि सुपने दे विच ना घोड़े घोड़िया की आवाज़ सुनाई दे दिंदी बहुत, क्यों करके घोड़े फकर दा जिहड़ी सवारी है बाबा जी घोड़े ते करदे ने, ते घोड़ा थानू इदा लगेगा कि साडे कोल खड़ा है ना, इदा दी कोई थानू होएगी हिल जुल। कई बार अलग अलग अनुभव हुंदे आ, कईआं नूं गुलाब दे फुल्लां की महक आउणी शुरू हो जाती आ, कईआं नूं अल्लाहू अल्लाहू दीआं आवाज़ां सुणदीआं है, तो कई बार सानू इदा हुंदा कि कोई फकीर तुरिया आ रहा साडे वल, है ना। इदां दीआं चीज़ां तुहाडे नाल बहुत होणियां, उहदे 'च तुसीं घबरायो ना, क्यों करके उह तुहाडे 'ते रहमत होण वाली आ फकरां दी। तो कलमे की ताकत नूं तुसीं अपने आप जाण जाओगे थोड़े दिनों दे विच, जदों तुसीं पढ़ना शुरू कर दिता। बाकी ये कलमा जिहड़ा है पाक साफ हो के पढ़ना है, बाकी सारी विधि तुहानूं मैं दस ही चुका वीडियो दे विच। उम्मीद करना तुहानूं अज दी वीडियो चंगी लगी होएगी, जे चंगी लगी आ तो लाइक कमेंट ते शेयर जरूर कर दिओ। वो ना भुल्यो, जय पीरां दी जय मस्तां दी।